हुण बहुत सारे लोग इस गल नूं समझण नूं तैयार नहीं भी धक्का थोड़े नाल नहीं हो रहा, थोड़े सिखण नाल की धक्का हो रहा की। हुण मैं गल तुहानूं दो चार उदाहरणां दिंदा बई, बड़े इहो जे कातल ने कि जिहनां नूं सुप्रीम कोर्ट तों फांसी दा सजावां होईआं होईआं ने, उह रिहा करते। हुण भी साडे जिहड़े तुसीं इक चीज़ का जवाब दे, साडे बंदी सिंघां नूं क्यों नहीं रिहा किया जा कि असीं जिहनूं सानूं इंसाफ नहीं मिल रहा, वह गुस्से दे विच आया खालिस्तान का नारा मारदा, साडे ते पर्चा दर्ज कर दिओ। एक सरेआम बाबा हिंदू राष्ट्रवाद की गल कर रहा, क्या मैं हिंदू राष्ट्रवाद बनाउणा? अज भाजपा दे सारे पैरां च बैठी है। यही बादल पता की कहिंदे हुंदे सीगे, भाई जगतार सिंह जी हवारा अत्तवादी है, सारे तां अत्तवादी नहीं, इन्हां नूं अत्तवादी बोलदे सी ना बंदी सिंघां नूं, नहीं बोलदे तां वीडियो अखबारां दे फोटोआं कढ के देख लो। मेरा राजे बणिंग नूं चैलेंज है भी तू एक काम करके दिखा, गुरु ग्रंथ साहिब दी बेअदबी लई एक महीना मोर्चा चला के दिखा। भगवंत नूं भी मैं पुछना चाहुंदा, हुण तैनूं की सपस हो गया? तैनूं पंजाब दे लोकां ने राजगद्दी दित्ती है, तैनूं इस कौम ने राजगद्दी दित्ती है भाई, 17 सरकार बना लैंदे, सरकार तेरे करके बणिया, वोटां तुहानूं पईआं ने पंजाब दे। होर स्रोतियां दस्सो कि बंदी सिंघां नूं रिहा कर कौन सकदा, किहदे कोले पावे? सब तों इक नौजवान कहिंदा भी मैं बाहर जाणा जी, जिहनूं पुछदे बाहर क्यों जाणा, कहिंदा जी इत्थे सिस्टम नहीं वधिया, इत्थे दा जी सरकारां धक्का करदियां नेगियां, आ टोलां च धक्का करदे ने, इत्थे धक्का हुंदा है। चैलेंज कीता वा, मैं कहा तू जे परचा श्री बराड ते कराएगा करा ला, फिर असीं भी तेरे बार च धरना लावांगे। सिद्धू मूसेवाला मेरा भरा सीगा, सिद्धू मूसेवाला लई मैं डट के खड़ता रहा, मेरे भरा ने कौमी इंसाफ मोर्चे दे उपर पहुंचे होए हैं, तो इस वक्त साडे नाल आ साडा वीर भाणा सिद्धू भाजी, की हाल चाल? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਠਾਕ ਜੀ, ਚੜ੍ਹਦੀ ਕਲਾ ਜੀ। ਭਾਅ ਜੀ, ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹ ਸਵਾਲ ਨਹੀਂ, ਮੈਂ ਅਪੀਲ ਕਰਨਾ ਚਾਹੁੰਦਾ ਕਿ ਯੂਥ ਤੁਹਾਨੂੰ ਸੁਣ ਰਿਹਾ ਆ ਕਿ ਲੋਕਾਂ ਨੂੰ ਕਿਸਾਨੀ ਮੋਰਚੇ ਅਤੇ ਇਸ ਮੋਰਚੇ ਵਿੱਚ ਫਰਕ ਨਹੀਂ ਸਮਝ ਆ ਰਿਹਾ ਅਤੇ ਹਰ ਇੱਕ ਇਸ ਸਵਾਲ ਨੂੰ ਤੁਰ ਨਹੀਂ ਰਿਹਾ। ਦੇਖੋ ਬਾਈ, ਗੱਲ ਇਉਂ ਆ ਕਿ ਸਭ ਤੋਂ ਪਹਿਲਾਂ ਜਿਵੇਂ ਅਸੀਂ ਕਿਸਾਨ ਇਹਦੇ ਮੋਰਚੇ ਦੀ ਗੱਲ ਕਰੀਏ ਅਤੇ ਕਿਸਾਨੀ ਅੰਦੋਲਨ ਮੋਰਚੇ ਦੀ ਗੱਲ ਕਰੀਏ, ਦੇਖੋ ਸਾਡੀ ਕਿਸਾਨੀ ਜਿਹੜਾ ਮੋਰਚਾ ਉਹਦੇ ਬਹੁਤ ਵੱਡੀ ਪ੍ਰਾਪਤੀ ਹੈ। ਇਹ ਮੋਰਚਾ ਉਹਦੇ ਨਾਲੋਂ ਮਹੱਤਤਾ ਕਿਵੇਂ ਵੱਧ ਮਹੱਤਤਾ ਰੱਖਦਾ? ਕਿਉਂਕਿ ਜਿਹੜੇ ਸਾਡੇ ਜਿਹੜੇ ਬੰਦੀ ਸਿੰਘ ਨੇਗੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਗੱਲ ਕਰ ਲਓ, ਅਸੀਂ ਜਿਹੜਾ ਹਰ ਇੱਕ ਚੀਜ਼ ਮੰਨ ਕੇ ਚੱਲ, ਜਿਹੜਾ ਸਾਡਾ ਪੰਜਾਬ ਹੈ ਗੁਰਾਂ ਦੇ ਨਾਮ 'ਤੇ ਵੱਸਦਾ, ਅਸੀਂ ਗੁਰੂ ਮਹਾਰਾਜ ਨੂੰ ਸਮਰਪਿਤ ਹੁੰਦੇ ਹਾਂ, ਠੀਕ ਹੈ। ਅਸੀਂ ਜਿਹੜੀ ਵੀ ਮੰਨ ਕੇ ਚੱਲ ਅੱਜ ਤੱਕ ਜੇ ਅਸੀਂ ਜ਼ਮੀਨਾਂ ਦੇ ਮਾਲਕ ਦੀ ਗੱਲ ਕਰ ਲਈ, ਅਸੀਂ ਉਹ ਸਾਡਾ ਜ਼ਮੀਨਾਂ ਦਾ ਅੰਦੋਲਨ ਸੀਗੇ ਨਾ, ਅਸੀਂ ਜਿਹੜੇ ਅਸੀਂ ਜ਼ਮੀਨਾਂ ਦੇ, ਮੈਂ ਕਿਸਾਨ ਦਾ ਪੁੱਤ ਹਾਂ ਬੇਸ਼ੱਕ, ਅਸੀਂ ਕਿਸਾਨ ਦਾ ਪੁੱਤ ਹਾਂ ਬੇਸ਼ੱਕ, ਅਸੀਂ ਗੱਲ ਮਜ਼ਦੂਰਾਂ ਸਾਡੇ ਭਰਾਵਾਂ ਦੀ ਵੀ ਗੱਲ ਕਰ ਲਈਏ, ਅਸੀਂ ਕਿਸਾਨ ਮਜ਼ਦੂਰ ਅਸੀਂ ਖੇਤਾਂ ਤੋਂ ਨਾ, ਜ਼ਮੀਨਾਂ ਤੋਂ ਅਸੀਂ ਆਪਣਾ ਢਿੱਡ ਭਰਦੇ ਹਾਂ, ਅਸੀਂ ਜ਼ਮੀਨਾਂ ਦੇ ਮਾਲਕ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਕਿਰਪਾ ਨਾਲ ਹੀ ਬਣੇ ਹਾਂ। ਇਸ ਮੋਰਚੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਬਦੀ ਦੀ ਗੱਲ ਹੋ ਰਹੀ ਹੈ। ਹੁਣ ਜਿਹੜੇ ਬੰਦੀ ਸਿੰਘ ਨੇਗੇ, ਇਹਨਾਂ ਨੇ ਹਰ ਪੱਖੋਂ ਧਾਰਮਿਕ ਵੀ ਲੜਾਈ ਲੜੀ ਹੈ, ਇਹਨਾਂ ਨੇ ਆਰਥਿਕ ਵੀ ਲੜਾਈ ਲੜੀ ਹੈ, ਇਹਨਾਂ ਨੇ ਲੜਾਈਆਂ ਸਾਡੇ ਲਈ ਲੜੀਆਂ ਨੇਗੀਆਂ। ਅੱਜ ਉਹ ਸਾਡੇ ਸਿੰਘ ਨੇਗੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇਗੇ, ਉਹਨਾਂ ਨੂੰ ਜਿਹੜਾ ਕਿ ਮੈਂ ਹਰ ਇੱਕ ਧਰਮ ਨੂੰ ਵੀ ਕਹਿਣਾ ਚਾਹੁੰਦਾ, ਦੇਖੋ ਸਾਡੇ ਧਰਮ ਨੇ 90% ਕੁਰਬਾਨੀਆਂ ਦੇ ਕੇ ਖੂਨ ਡੋਲ ਕੇ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਵਾਇਆ। ਅੱਜ ਭਾਰਤ ਆਜ਼ਾਦੀ ਦਾ ਨਿੱਕ ਮੰਨਦਾ। ਜੇ ਅਸੀਂ ਮੁਗਲ ਸਮਰਾਜ ਦੀ ਗੱਲ ਕਰੀਏ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਮੁਗਲਾਂ ਦੀ ਜੜ੍ਹ ਪੱਟੀ, ਜਿਹੜਾ ਕਿ ਮੁਗਲ ਸਮਰਾਜ ਇਹ ਕਹਿੰਦਾ ਸੀਗਾ ਕਿ ਅਸੀਂ ਪੂਰੇ ਮੰਨ ਕੇ ਚੱਲ ਭਾਰਤ ਦੇ ਵਿੱਚ ਅਸੀਂ ਸਭ ਦੇ ਜਨੇਊ ਉਤਾਰ ਕੇ ਅਸੀਂ ਆਪਣਾ ਹਿੰਦੂ ਰਾਜ, ਅਸੀਂ ਮੁਸਲਮਾਨ, ਅਸੀਂ ਧਰਮ ਕਾਇਮ ਕਰਨਾ, ਅਸੀਂ ਉਹਨਾਂ ਦੀ ਜੜ੍ਹ ਪੱਟੀ। ਫਿਰ ਅਸੀਂ ਸਮੇਂ ਅਨੁਸਾਰ ਅਸੀਂ ਹੋਰ ਲੜਾਈਆਂ ਸਾਡੀ ਕੌਮ ਨੇ ਲੜੀਆਂ, ਫਿਰ ਅਸੀਂ ਅੰਗਰੇਜ਼ਾਂ ਤੋਂ ਅਸੀਂ ਆਜ਼ਾਦ ਕਰਾਇਆ ਇਸ ਦੇਸ਼ ਨੂੰ। ਹੁਣ ਸਾਰੇ ਧਰਮਾਂ ਨੂੰ ਬੇਨਤੀ ਆ ਵੀ ਭਾਈ, ਸਾਡੇ ਨਾਲ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇਗੀਆਂ। ਹੁਣ ਬਹੁਤ ਸਾਰੇ ਲੋਕ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਵੀ ਧੱਕਾ ਤੁਹਾਡੇ ਨਾਲ ਨਹੀਂ ਹੋ ਰਿਹਾ, ਤੁਹਾਡੇ ਸਿੱਖਾਂ ਨਾਲ ਕੀ ਧੱਕਾ ਹੋ ਰਿਹਾ ਕੀ। ਹੁਣ ਮੈਂ ਗੱਲ ਤੁਹਾਨੂੰ ਦੋ ਚਾਰ ਉਦਾਹਰਣਾਂ ਦਿੰਦਾ ਬਾਈ, ਜਿਹੜੀਆਂ ਕਿ ਸਾਡੇ ਇੱਥੇ ਮੋਰਚੇ ਦੇ ਵਿੱਚੋਂ ਬੋਲੀਆਂ ਜਾਂਦੀਆਂ ਨੇਗੀਆਂ। ਬਲਾਤਕਾਰੀ ਸਾਧ ਨੇ ਜਿਹਨਾਂ ਦਾ ਤੁਹਾਨੂੰ ਪਤਾ ਕਿ ਪਰਚੇ ਹੋਏ ਹੋਏ ਨੇਗੇ, ਉਹਨਾਂ ਨੂੰ ਬਾਈ ਜ਼ਮਾਨਤਾਂ ਮਿਲ ਗਈਆਂ, ਉਹਨਾਂ ਨੂੰ ਬੇਲਾਂ ਮਿਲ ਗਈਆਂ, ਉਹ ਆ ਕੇ ਆਪਦਾ ਪ੍ਰਚਾਰ ਕਰ ਰਹੇ ਨੇਗੇ। ਬੜੇ ਇਹੋ ਜਿਹੇ ਕਾਤਲ ਨੇ ਕਿ ਜਿਹਨਾਂ ਨੂੰ ਸੁਪਰੀਮ ਕੋਰਟ ਤੋਂ ਫਾਂਸੀ ਦਾ ਸਜ਼ਾਵਾਂ ਹੋਈਆਂ ਨੇਗੀਆਂ, ਉਹ ਰਿਹਾ ਕਰਤੇ। ਹੁਣ ਵੀ ਸਾਡੇ ਜਿਹੜੇ ਤੁਸੀਂ ਇੱਕ ਚੀਜ਼ ਦਾ ਜਵਾਬ ਦਿਓ ਵੀ ਸਾਡੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਰਿਹਾ, ਮੈਨੂੰ ਇਸ ਚੀਜ਼ ਦਾ ਤੁਸੀਂ ਜਵਾਬ ਦਿਓ। ਤੁਹਾਡੇ ਤੋਂ ਮੈਂ ਜਵਾਬ ਪੁੱਛਣਾ ਚਾਹੁੰਦਾ, ਫਿਰ ਇਹ ਸਾਡੇ ਨਾਲ ਧੱਕਾ ਨਹੀਂ ਹੋ ਰਿਹਾ ਬਾਈ? ਕੀ ਸਾਡੇ ਪੰਜਾਬ ਨੂੰ ਤੁਸੀਂ ਗੱਲ ਦੱਸੋ ਵੀ ਤੁਸੀਂ ਕਹਿੰਦੇ ਹੋ ਵੀ ਸਾਡੇ ਨਾਲ ਧੱਕਾ, ਸਾਡੇ ਤਾਂ ਇਹ ਤਾਂ ਐਵੇਂ ਜਾ ਕੇ ਧਰਨੇ ਲਾਉਣ ਦਾ ਉਹਨਾਂ ਨੂੰ ਸ਼ੌਂਕ ਆ, ਦੋ ਤਿੰਨੇ ਗੱਲਾਂ ਮੈਨੂੰ ਜਵਾਬ ਦਿਓ। ਇੱਥੇ ਜੇ ਕੋਈ ਗੱਲ ਫਰਜ਼ ਕਰੋ ਨੌਜਵਾਨ, ਉਹਨਾਂ ਨੂੰ ਪਤਾ ਕਿ ਅਸੀਂ ਜਿਹਨੂੰ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਉਹ ਗੁੱਸੇ ਦੇ ਵਿੱਚ ਆਇਆ ਖਾਲਿਸਤਾਨ ਦਾ ਨਾਰਾ ਮਾਰਦਾ, ਸਾਡੇ 'ਤੇ ਪਰਚਾ ਦਰਜ ਕਰ ਦਿਓ। ਇੱਕ ਸਰੇਆਮ ਬਾਬਾ ਹਿੰਦੂ ਰਾਸ਼ਟਰਵਾਦ ਦੀ ਗੱਲ ਕਰ ਰਿਹਾ, ਕਿਆ ਮੈਂ ਹਿੰਦੂ ਰਾਸ਼ਟਰਵਾਦ ਬਣਾਉਣਾ? ਅੱਜ ਭਾਜਪਾ ਉਹਦੇ ਸਾਰੇ ਪੈਰਾਂ 'ਚ ਬੈਠੀ ਹੈ। ਬਾਬਾ ਬਗੇਸ਼ਵਰ ਨੇ ਗੱਲ ਕੀਤੀ, ਬਾਬਾ ਬਗੇਸ਼ਵਰ ਨੇ ਕੀਤੀ ਆ ਨਾ ਗੱਲ, ਮੈਂ ਉਸੇ ਬਾਬੇ ਦੀ ਗੱਲ ਕਰਦਾ, ਆਪਾਂ ਨੂੰ ਕਿਹੜਾ ਵੀ ਉਹਦੇ 'ਤੇ ਕੋਈ ਪਰਚਾ, ਉਹਦੇ 'ਤੇ ਕੋਈ ਕਾਰਵਾਈ ਨਹੀਂ ਹੈਗੀ, ਫਿਰ ਸਾਡੇ ਨਾਲ, ਫਿਰ ਸਾਡੇ 'ਤੇ ਬਾਈ ਧੱਕਾ ਕਿਉਂ ਰਿਹਾ? ਸਾਡੇ 'ਤੇ ਕਿਉਂ ਪਰਚੇ ਪੈ ਰਹੇ ਨੇ? ਸਾਡੇ ਨਾਲ ਧੱਕਾ ਹੀ ਹੈ ਬਾਈ, ਮੈਨੂੰ ਇਸ ਚੀਜ਼ ਦਾ ਜਵਾਬ ਦੇਣ ਉਹ ਲੋਕ। ਇਹ ਤਾਂ ਬਾਈ ਅੰਮ੍ਰਿਤਪਾਲ ਸਿੰਘ ਵੀ ਸੱਚੇ ਬੋਲਦੇ ਆ। ਬਿਲਕੁਲ ਬਾਈ, ਉਹਦੇ 'ਤੇ ਹੁਣ ਉਹਦੇ 'ਤੇ ਉੱਪਰ ਸਾਰਾ ਜਿਹੜਾ ਮੰਡਰਾ ਰਿਹਾ ਆਲਾ ਦੁਆਲਾ, ਉਹਦੇ 'ਤੇ ਕੋਈ ਕਾਰਵਾਈ ਨਹੀਂ। ਇਹ ਗੱਲ
ये गल समझनी किनू चाहिए आ, ये गल साडे लोगों को समझनी चाहिए। उन्होंने दिल्ली वालों नूं मैं कह रहा, वो साडे हमेशा दुश्मन ने, उन्होंने साडे ते समय समय अनुसार साडे नाल धक्के कीते ने गे। ये गल साडे लोगों को समझनी चाहिए आ। किहड़े लोगों को लगता कि जो बंदी सिंह रिहा हो जाएंगे उन्होंने खतरा जिहड़े इन्हां नूं निकल नहीं दिंदे बाहर, तुहाडी समझ की कहिंदी? जिन्ने भी राजनीतिक बंदे ने, हुण फर्ज कर तैनूं उदाहरण दे के दस दिंदा मैं। सुखबीर बादल सीगा श्रोमणी जिहड़ी बादलों की पार्टी, मैं श्रोमणी अकाली दल नहीं बोलता, श्रोमणी अकाली दल एक बहुत मन के चल पंथक पार्टी है जिन्हें कि पंजाब लई खून डोल के लड़ाइया लड़िया, इतों बाद बादलों ने कब्जा कर लिया, हूँ कब्जा तो छुड़ा। हूँ यही बादलों की तैन मैं गल करदा, यही बादल पता की कहते होंगे जी, भाई जगतार सिंह जी हवर अत्तवादी है, सारे तो अत्तवादी ने जी, इन्हों अत्तवादी बोलते थे ना बंदी सिंह, नहीं बोलते तो वीडियो अखबारों के फोटो कढ़ के देख लो। हूँ अज उ बंदी सिंह की गल कि ना कि करते हैं, मन के चल बोलते हैं गे। हुण इन्हां राजनीतिक लीडरां नूं इह खतरा बादलों नूं, बादलों दे सेंटर दे विच पूरा हथ है बई, जिहड़े गल कहिंदे ने बादलों दे अले पले कुछ नहीं हैगा, तिन मन के चल तिन MLA ने उन्हां कोले, बादलों दी हुण भी जिहड़ी कि आम आदमी पार्टी नालों वध चलदी आ। उत्थे सुखबीर बादल ने कह दिता इक स्पीच दे विच, उह कहिंदा बेशक सरकार इहनां दी पर चलदी साडी हल्ले। बिल्कुल मैं इही गल कहिणा वी उहनां कोले इन्नी पावर है, पर उह बादल कदे तुसीं इह देख लैणा वी, मैं उहनां नूं बादलों नूं चैलेंज करदा वी तुसीं धरना तुसीं ड्रामे करोगे, हुण जाके हुण सैशन चलूगा उत्थे जाके ड्रामे करोगे, उत्थे फट्टियां चाके खड़ोगे, बंदी सिंह रिहा करो, तुसीं धरना चला के दिखाओ बई, तुसीं हुण भी लख एक लख वर्कर इकट्ठा कर सकदे हो, जां एक लख नहीं चल 50,000 ही वर्कर इकट्ठा कर लो, 50,000 बई बंदा बहुत हुंदा, 50,000 बंदा इकट्ठा करके धरना ला के दिखाओ। मैं फिर तुहानूं मन्नूं, हुण जे असीं गल करिए जिहड़ी तुसीं राजनीति दी गल करी आ, जे असीं राजे बड़ेंगे वर्गां दी गल करिए, उह कदे भी कौम की पंथ की गल नहीं कर सकते। राजा बड़िंग जे मैं राजा बड़िंग मैं चैलेंज करदा, राजा बड़िंग बेशक वो इन्हों अत्तवादी समझदा पर साडे लई हीरो ने गे, पर राजा बड़िंग एक चीज़ में मानता है कि गुरु ग्रंथ साहिब की बेअबदी हुई है, उस इंसाफ से वो बंदे बोलते रहे हैं। मेरा राजे बड़िंग चैलेंज है भी तू एक काम करके दिखा, गुरु ग्रंथ साहिब की बेअबदी लई एक महीना मोर्चा चला के दिखा। मेरा उस कांग्रेस को चैलेंज है पूरी, भी जी तुम चाहते हो ना भी तुम साडे सिखां लई, तुसीं तां बेशक साडे सिखां दा कातलां बहुत वड्डा करिया, हुण भी तुसीं चाहते हो भी देखो जी असीं सारे धर्मां दा सन्मान करदे आं, असीं इह करदे आं, मेरी उन्हां नूं भी मेरा चैलेंज आ भी गुरु ग्रंथ साहिब की बेअबदी लई हुई है, एक महीना गुरु ग्रंथ साहिब की बेअबदी लई मोर्चा चला के दिखा दो। मेरा कांग्रेस नूं भी चैलेंज है, जदों वोटां मेरा उह जिहड़े लालजीत भुल्लर वर्गे जिहड़े कि उत्थे जाके अपना केसरी निशान चक के साहब चक के उत्थे लाल किले ड्रामा करदे सीगे, जिहड़े इस टाइम सत्ता भोग रहे नेगे जिन्हां कोले पावरां नहीं, मेरी उन्हां नूं भी चैलेंज आ, उह तुहाडे किधरों कीड़े पै गए, हुण तुसीं क्यों नहीं पंजाब की गल करते, बड़े दे विच MLA बन गए 92 नूं, उन्हां नूं भी बेनती है। भगवंत नूं भी मैं पुछना चाहुंदा, हुण तैनूं की सप्प सौं गया, तैनूं पंजाब दे लोकां ने राजगद्दी दित्ती है, तैनूं इस कौम ने राजगद्दी दित्ती है बई, जे तू चाहुंदा जे तेरी दिल केजरीवाल वर्गे चाहुंदे तां 2017 सरकार बना लैंदे, सरकार तेरे करके बणी, वोटां तुहानूं पईआं ने पंजाब दे लोकां ने। फिर कहण दा मतलब इह है वी जे आपां हर इक पार्टी कहिंदे वी पार्टी कोई कुछ नहीं कर रही इस चीज़ लैके, मतलब पिछों पावर आपां सेंटर दी गल कर सकदे जिहड़ी बंदे सिंह नूं रिहाई नहीं होण दिंदी। देखो बंदी सिंघां नूं देखो सेंटर जिहड़े सेंटर वाले नेगे, सेंटर दा मुख एजेंडा वी भारत राज सी राष्ट्र बनाउणा सी, हिंदू राष्ट्रवाद बनाउणा, उहनां दा एजेंडा इह आ, ਉਹ ਸਭ ਦੇ ਏਜੰਡੇ ਦੇ ਚੱਲ ਰਹੇ ਨੇਗੇ। ਪਰ ਜੇ ਇਹਨਾਂ ਦੀ ਗੱਲ ਪੰਜਾਬ ਵਾਲਿਆਂ ਦੀ ਕਰੀਏ, ਪੰਜਾਬ ਵਾਲੇ ਐਵੇਂ ਬੇਵਕੂਫ ਬਣਾ ਕੇ ਜਿਹੜੇ ਪੰਜਾਬ ਵਾਲੇ ਵੀ ਉਹਨਾਂ ਦੇ ਨਾਲ ਸਾਰੇ ਮਿਲੇ ਹੋਏ ਨੇਗੇ, ਜਿੰਨੇ ਪਾਵਰ ਦੇ ਵਿੱਚ ਰਹੇ ਹੈਗੇ ਨੇਗੇ ਜਾਂ ਰਹੇ ਨੇ ਸਾਰੇ ਉਹਨਾਂ ਦੇ ਨਾਲ ਮਿਲੇ ਹੋਏ ਨੇ। ਅਤੇ ਇੱਕ ਗੱਲ ਹੋਰ ਸਰੋਤਿਆਂ ਦੱਸੋ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰ ਕੌਣ ਸਕਦਾ, ਕਿਹਦੇ ਕੋਲ ਪਾਵਰ? ਸਭ ਤੋਂ ਪਹਿਲਾਂ ਤਾਂ ਇੱਕ ਕੰਮ ਕਰਨਾ ਚਾਹੀਦਾ, ਪੰਜਾਬ ਗੌਰਮੈਂਟ ਨੂੰ ਵਿਧਾਨ ਸਭਾ 'ਚ ਮਤਾ ਪਾਉਣਾ ਚਾਹੀਦਾ, ਠੀਕ ਹੈ, ਮਤਾ ਪਾਉਣ ਬੰਦੀ ਸਿੰਘਾਂ ਦੀ ਰਿਹਾਈ ਲਈ, ਇੱਥੋਂ ਬਹੁਤ ਵੱਡੀ ਆਵਾਜ਼ ਉੱਠਣੀ, ਇੱਥੋਂ ਇਹ ਹੋ ਜਾਣਾ ਵੀ ਪੂਰਾ ਪੰਜਾਬ ਜਾਂ ਜਿੱਥੇ ਇਹਦੀ ਗੱਲ ਜਿੱਥੇ ਜਾ ਕੇ ਜੂਆਨ 'ਚ ਕਰ ਲਓ, ਜਿੱਥੇ ਮਰਜ਼ੀ ਜਾ ਕੇ ਗੱਲ ਕਰ ਲਓ, ਜਦੋਂ ਮਤਾ ਪੈ ਗਿਆ ਵੀ ਹਾਂ ਪੂਰਾ ਪੰਜਾਬ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਿਹਾ, ਸਭ ਤੋਂ ਪਹਿਲਾਂ ਤਾਂ ਕੰਮ ਇਹ ਕਰਨ। ਦੂਜੀ ਗੱਲ, ਸਾਨੂੰ ਜਿਹੜੇ ਲੋਕਾਂ ਨੂੰ ਜਿਹੜੀ ਲੜਾਈ ਹੈ ਸਿਰ ਡਾਹ ਕੇ ਲੜਨੀ ਪੈਣੀ ਆ, ਇੱਥੇ ਲੋਕ ਨੌਜਵਾਨ ਗੇੜੀਆਂ ਦੇ ਕੇ ਮੁੜ ਕੇ ਉਹ ਕਰਕੇ ਮੁੜ ਕੇ ਜੀ, ਸਾਨੂੰ ਇੱਥੇ ਆਪਦਾ ਇਕੱਠ ਵਧਾਉਣਾ ਚਾਹੀਦਾ, ਸਾਨੂੰ ਪਿੰਡਾਂ ਦੇ ਵਿੱਚ ਪ੍ਰਚਾਰ ਹੋਣਾ ਚਾਹੀਦਾ, ਸਾਡੇ ਗੁਰੂ ਘਰਾਂ 'ਚ ਪ੍ਰਚਾਰ ਹੋਣਾ ਚਾਹੀਦਾ, ਜਿਵੇਂ ਕਿ ਅਸੀਂ ਕਿਸਾਨੀ ਅੰਦੋਲਨ ਵੇਲੇ ਪ੍ਰਚਾਰ ਕਰਦੇ ਸੀ, ਸਾਨੂੰ ਪਿੰਡਾਂ ਦੇ ਵਿੱਚ ਗੁਰੂ ਗ੍ਰੰਥੀ ਸਿੰਘਾਂ ਨੂੰ ਰੋਜ਼ ਇਸ ਚੀਜ਼ ਦਾ ਪ੍ਰਚਾਰ ਕਰਨਾ ਚਾਹੀਦਾ ਵੀ ਅਸੀਂ ਭਾਈ ਉਹਦੀਆਂ ਬਾਰੀਆਂ ਬੰਨ੍ਹ ਕੇ ਉੱਥੇ ਜਾਈਏ, ਅਸੀਂ ਅੰਦੋਲਨ ਜਿੱਤਣਾ, ਠੀਕ ਹੈ ਜੀ? ਪਿੱਛੇ ਤੁਸੀਂ ਟੋਲ ਪਲਾਜ਼ੇ ਤੇ ਰੋਸ਼ ਕੀਤਾ ਸੀਗਾ, ਆਪਣੇ ਨੌਜਵਾਨਾਂ 'ਚ ਏਕਤਾ ਕਿਉਂ ਨਹੀਂ ਹੈਗੀ, ਕਿਉਂਕਿ ਜਦੋਂ ਆਪਾਂ ਉੱਥੇ ਤੁਸੀਂ ਇਕੱਲੇ ਲੜ ਰਹੇ ਸੀ? ਹਾਂਜੀ ਵੀਰੇ, ਹਾਂਜੀ, ਜਦੋਂ ਵੀ ਦੇਖਦੇ ਹਾਂ ਆਪਾਂ ਕੋਈ ਹੋਰ ਲੜਦੇ, ਇੱਕ ਵਾਰ ਮੈਂ ਵੀ ਉੱਥੇ ਵਿਰੋਧ ਕੀਤਾ ਪਰ ਕੋਈ ਨਾਲ ਨਹੀਂ ਖੜਾ, ਸੈਂਟਰ ਦੇ ਗੌਰਮੈਂਟ ਦੇ ਹੋਰ ਲੱਗੇ ਹੁੰਦੇ ਨੇ ਟੋਲ ਪਲਾਜ਼ੇ, ਪਰ ਫਿਰ ਵੀ ਆਪਣੇ ਨੌਜਵਾਨਾਂ 'ਚ ਕਮੀ ਨਹੀਂ ਹੈਗੀ ਏਕਤਾ ਦੀ? ਇੱਥੇ ਤਾਂ ਬਾਈ ਮੈਂ ਤੁਹਾਨੂੰ ਗੱਲ ਦੱਸਾਂ, ਹਰ ਇੱਕ ਨੌਜਵਾਨ ਕਹਿੰਦਾ ਵੀ ਮੈਂ ਬਾਹਰ ਜਾਣਾ ਜੀ, ਜਿਹਨੂੰ ਪੁੱਛਦਾ ਬਾਹਰ ਕਿਉਂ ਜਾਣਾ, ਕਹਿੰਦਾ ਜੀ ਇੱਥੇ ਸਿਸਟਮ ਨਹੀਂ ਵਧੀਆ, ਇੱਥੇ ਤਾਂ ਜੀ ਸਰਕਾਰਾਂ ਧੱਕਾ ਕਰਦੀਆਂ ਨੇਗੀਆਂ, ਆਹ ਟੋਲਾਂ 'ਚ ਧੱਕਾ ਕਰਦੇ ਨੇ, ਇੱਥੇ ਧੱਕਾ ਹੁੰਦਾ, ਕੋਈ ਇੱਥੇ ਮੋਰਚੇ 'ਚ ਕੋਈ ਖੜਨ ਲਈ ਤਿਆਰ ਹੈ?
ਧੱਕਾ ਫਿਰ ਛੱਡ ਛੱਡ ਪੰਜਾਬ ਭੱਜੀ ਜਾਓ। ਇੰਨੀ ਸੋਹਣੀ ਧਰਤੀ ਪੰਜਾਬ ਦੀ, ਉੱਥੇ ਜਾ ਕੇ ਤੁਰੇ ਫਿਰੋ। ਬਰ ਇਕੱਲੇ ਉੱਥੇ ਇਕੱਲੇ ਇਕੱਲਿਆਂ ਨੇ ਜਦੋਂ ਉੱਥੇ ਤੁਸੀਂ ਇਕੱਲੇ ਵੀ ਉੱਥੇ ਫਤਿਹ ਕਰ ਗਏ ਸੀ ਉਹ ਮੈਦਾਨ ਵੀ, ਪਰ ਕੋਈ ਨਾਲ ਨਹੀਂ ਆ ਕੇ ਖੜਿਆ। ਤੁਸੀਂ ਚਾਹੁੰਦੇ ਹੋ ਕਿ ਵੀ ਨਾਲ ਖੜਨਾ ਚਾਹੀਦਾ, ਆਪਣੀ ਏਕਤਾ ਖੜ, ਆਪਣੇ ਲੋਕ ਨਹੀਂ ਖੜਦੇ ਨਾਲ? ਦੇਖੋ ਜੀ, ਮੈਂ ਤੁਹਾਨੂੰ ਗੱਲ ਦੱਸਾਂ, ਇਹ ਨਾ ਬਲੱਡ ਹੁੰਦਾ ਹੈ, ਕਿਸੇ 'ਚ ਪਰਮਾਤਮਾ ਦੀ ਉਸ ਵਾਹਿਗੁਰੂ ਦੀ ਕਿਰਪਾ ਹੁੰਦੀ। ਜੇ ਮੈਂ ਕਹਾਂ ਵੀ ਮੈਂ ਉੱਥੇ ਕੀਤਾ, ਮੈਂ ਕੁਛ ਨਹੀਂ ਹੈਗਾ, ਉਹ ਵਾਹਿਗੁਰੂ ਕਿਸੇ ਦੀ ਡਿਊਟੀ ਲਾਉਂਦਾ ਪਰਮਾਤਮਾ, ਵੀ ਤੂੰ ਆਹ ਲੋਕਾਂ ਦੀ ਆਵਾਜ਼ ਠਾ, ਲੋਕਾਂ ਲਈ ਲੜ, ਠੀਕ ਹੈ। ਉਹ ਪਰਮਾਤਮਾ ਨੇ ਜਿੱਥੇ ਡਿਊਟੀ ਲਾਉਂਦਾ, ਉਹ ਪਰਮਾਤਮਾ ਦਾ ਸਵੀਕਾਰ ਹੈ, ਬਾਕੀ ਚੜ੍ਹਦੀ ਕਲਾ ਦੇ ਵਿੱਚ ਆ। ਠੀਕ ਹੈ ਬਾਈ, ਖੜੇ ਇੱਕ ਵਾਰੀ ਸ਼੍ਰੀ ਬਰਾੜ ਬਾਈ ਵਾਲੀ ਗੱਲ ਮੈਂ ਤੁਹਾਡੇ ਨਾਲ ਕਰਾਂ। ਸ਼੍ਰੀ ਬਰਾੜ ਦੀ ਗੱਲ ਇਹ ਹੈ, ਹੁਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੀਤ ਗਾਇਆ, ਇੱਥੇ ਕਈ ਸਿੰਗਰ ਨੇਗੇ, ਮੈਂ ਦੇਖਿਆ ਕਈ ਤਾਂ ਬੋਲਣ ਨੂੰ ਤਿਆਰ ਹੀ ਨਹੀਂ ਹੈਗੇ, ਮੇਰੀ ਤੂੰ ਮੇਰਾ ਲਾਈਵ ਸੁਣ ਲਈ। ਮੈਨੂੰ ਚੈਲੰਜ ਕੀਤਾ, ਉਹ ਮੈਂ ਕਿਹਾ ਤੂੰ ਜੇ ਪਰਚਾ ਸ਼੍ਰੀ ਬਰਾੜ 'ਤੇ ਕਰਾਏਗਾ, ਕਰਾ ਲਾ ਫਿਰ, ਅਸੀਂ ਵੀ ਤੇਰੇ ਬਾਰ 'ਚ ਧਰਨਾ ਲਵਾਂਗੇ, ਐਂ ਬੋਲ ਕੇ ਦਿਖਾਉਣ। ਕਈ ਸਿੰਗਰ ਉਹਦੇ ਇੱਕ ਦੋ ਪੋਸਟਾਂ ਪਾ ਰਹੇ ਨੇਗੇ। ਦੇਖੋ ਜੀ, ਸ਼੍ਰੀ ਬਰਾੜ ਬੂਈ ਸਪੋਟ, ਸ਼੍ਰੀ ਬਰਾੜ ਐਂ ਨਹੀਂ ਕਿਤੇ ਇਨਸਾਫ ਮਿਲਦਾ ਹੁੰਦਾ, ਇਨਸਾਫ ਮਿਲਦਾ ਹੁੰਦਾ ਜਿਵੇਂ ਮੈਂ ਤੇ ਲੱਖੇ ਨੇ ਗੱਲ ਬੋਲੀ ਆ, ਵੀ ਜੇ ਤੂੰ ਉਹਦੇ ਗੱਲ ਸੁਣ ਲਾ, ਉਹ ਵਕੀਲਾ ਤੇਰੇ ਵਰਗੇ, ਅਸੀਂ ਵਕੀਲ ਬਹੁਤ ਦੇਖੇ ਨੇਗੇ, ਤੂੰ ਕਿਉਂ ਪੰਜਾਬ ਦੇ ਵਿੱਚ ਧੱਕਾ ਕਰ ਰਿਹਾ? ਤੂੰ ਕਿਉਂ ਸਾਡੇ, ਜੇ ਉਹਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਰਿਆ ਤਾਂ ਆਪਦੀ ਕੌਮ ਲਈ ਗੀਤ ਗਾਇਆ, ਤੂੰ ਅੱਜ ਬੜਾ ਉਹਨੂੰ ਉਹ ਕਰਦਾ? ਅਸੀਂ ਖੜੇ ਉਹਦੇ ਨਾਲ, ਅਸੀਂ ਹਿੱਕ ਡਾਹੇ ਖੜੇ ਹਾਂ, ਅਸੀਂ ਲੋਕਾਂ ਨੂੰ ਮਿਲਣਾ ਤਾਂ ਖੜਨਾ ਚਾਹੀਦਾ। ਮੈਂ ਤੈਨੂੰ ਗੱਲ ਦੱਸਦਾ, ਹੁਣ ਲੱਖਾ ਬਾਈ ਦੀ ਮੈਂ ਤੈਨੂੰ ਗੱਲ ਦੱਸਦਾ, ਚੱਲ ਸਾਰੇ ਭਰਾਵਾਂ ਦਾ ਮੈਂ ਸਤਿਕਾਰ ਕਰਦਾ, ਉਹ ਰਣਜੀਤ ਬਾਵੇ 'ਤੇ ਪਰਚਾ ਹੋ ਗਿਆ, ਉਹਦੇ 'ਤੇ ਡਾ ਕੇ ਖੜਿਆ, ਹਿੱਕ ਡਾਹੇ ਖੜਿਆ ਨਾਲ। ਅਸੀਂ ਬੜੇ ਸਿੰਗਰਾਂ ਨਾਲ ਐਵੇਂ ਹਿੱਕ ਡਾਹੇ ਖੜਦੇ ਹਾਂ? ਸਿੱਧੂ ਮੂਸੇਵਾਲਾ ਮੇਰਾ ਭਰਾ ਸੀਗਾ, ਸਿੱਧੂ ਮੂਸੇਵਾਲਾ ਨਹੀਂ, ਮੈਂ ਡਟ ਕੇ ਖੜਦਾ ਰਿਹਾ ਮੇਰੇ ਭਰਾ ਨਾਲ। ਅਸੀਂ ਐਂ ਨਹੀਂ ਹੈਗਾ, ਬੁੱਕਲ 'ਚ ਗੁੜ ਨਹੀਂ ਭੰਨਦੇ। ਠੀਕ ਹੈ ਜੀ, ਸ਼ੁਕਰੀਆ ਬਹੁਤ ਬਹੁਤ। ਅਤੇ ਇਸ ਕਰਕੇ ਸਾਡੇ ਨਾਲ ਭਾਨਾ ਸਿੱਧੂ ਬਾਈ ਜਿਨ੍ਹਾਂ ਨੇ ਵੱਖ ਵੱਖ ਦੋ ਤਿੰਨ ਮੁੱਦਿਆਂ ਦੇ ਉੱਪਰ ਗੱਲ ਕੀਤੀ, ਅਤੇ ਜੇ ਆਪਾਂ ਗੱਲ ਕਰੀਏ ਤਾਂ ਕੌਮੀ ਮੋਰਚੇ ਵਾਲੇ ਇਹਨਾਂ ਨੇ ਸਭ ਨੂੰ ਇਹੀ ਅਪੀਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕਜੁੱਟ ਹੋ ਕੇ ਇਸ ਮੋਰਚੇ ਉੱਪਰ ਪਹੁੰਚਣਾ ਪਊਗਾ, ਅਤੇ ਜਿਹੜੀ ਸਰਕਾਰ ਨੂੰ ਉਹਨਾਂ ਨੇ ਅਪੀਲ ਇਹ ਕੀਤੀ ਹੈ ਕਿ ਜਦੋਂ ਹੁਣ ਸੈਸ਼ਨ ਹੋਊਗਾ ਤਾਂ ਉਹਦੇ ਵਿੱਚ ਮਤਾ ਪਾਸ ਕੀਤਾ ਜਾਵੇ, ਤਾਂ ਜੋ ਇਹ ਗੱਲ ਅੱਗੇ UNO ਅਤੇ ਹੋਰਾਂ ਤੱਕ ਪਹੁੰਚੇ, ਤਾਂ ਜੋ ਸਾਡੇ ਬੰਦੀ ਸਿੰਘਾਂ ਨੂੰ ਰਿਹਾਈ ਮਿਲ ਸਕੇ। ਜੁੜੇ ਰਹੋ ਚੈਨਲ ਦੇ ਨਾਲ, ਸਭ ਨੂੰ ਪੈਪਰੀ, ਸਤਿ ਸ਼੍ਰੀ ਅਕਾਲ।